ਜਿਹੜਾ ਗਧੇ ਤੋਂ ਨੂਣ ਲੈ ਕੇ ਜਾਂਦਾ ਹੁੰਦਾ ਗਧਾ ਦੀ ਵਹਿਬਤੀ ਉਹ ਜਾਣੀ ਕਿ ਮਤਲਬ ਜਦੋਂ ਲੰਘਦਾ ਉਹਦੀ ਵਹਿਬਤ 'ਚ ਨਿਗਾਹ ਹੁੰਦੀ ਸਾਰਾ ਦਿਨ ਵਪਾਰੀ ਨੂੰ ਲੱਗ ਗਿਆ ਪਤਾ ਵੀ ਇਹ ਗਧਾ ਵਹਿਬਤ ਕਰਦਾ ਇੱਕ ਦਿਨ ਉਹਨੇ ਕੀ ਕੀਤਾ ਭਾਈ ਇਹਦੇ ਨੂੰ ਕਹਿੰਦਾ ਵੀ ਐਂ ਕਰਾਂ ਅੱਜ ਆਪਾਂ ਛੁੱਟੀ ਕਰਾਂਗੇ ਆਪਾਂ ਅੱਜ ਨਿਮਕਣੀ ਲੈ ਕੇ ਜਾਂਦੇ ਤੂੰ ਘਾਹ ਫੂਸ ਖਾਇਆ ਉਹਦਾ ਮਾਰਿਆ ਮੂੰਹ ਕਹਿੰਦਾ ਵੀ ਚੰਗਾ ਗਧੀਆਂ 'ਚ ਰਲ ਗਿਆ ਗਧਾ ਗਧੀਆਂ 'ਚ ਰਲਿਆ ਉਹ ਕਹਿੰਦਾ ਭਾਈ ਉਹ ਕਹਿੰਦੀ ਵੀ ਅੱਜ ਤੈਨੂੰ ਪਹਿਲੀ ਵਾਰ ਦੇਖਿਆ ਕਹਿੰਦਾ ਵੀ ਇਸ ਹਿਸਾਬ ਨਹੀਂ ਹਾਂ ਸਾਰੇ ਗਧੇ ਹੋ ਗਏ ਇਕੱਠੇ ਕਹਿੰਦੇ ਵੀ ਤਾਂ ਸਵਾਗਤ ਕਰਾਂਗੇ ਪਹਿਲੀ ਵਾਰ ਦੇਖਿਆ ਆਪਾਂ ਇਹ ਬੰਦਾ ਸਾਡਾ ਗਧਾ ਆਪਣੇ 'ਚ ਉਹ ਕਹਿੰਦਾ ਵੀ ਐਂ ਕਰੋ ਅੱਜ ਤਾਂ ਤੁਸੀਂ ਮੇਰਾ ਸਵਾਗਤ ਕਰੋ ਖਾਣ ਪੀਣ ਤੁਹਾਡੇ ਕਿੰਨੀ ਹੈ ਕੱਲ੍ਹ ਨੂੰ ਮੇਰੇ ਕਿੰਨੀ ਫੂਡ ਆ ਕਹਿੰਦਾ ਵੀ ਚੰਗਾ ਉਹ ਭਾਈ ਦਾਦਾ ਉੱਥੇ ਰਿਹਾ ਜਦੋਂ ਤਾਂ ਵਪਾਰੀ ਦਾ ਟਾਈਮ ਆ ਗਿਆ ਵੀ ਹੁਣ ਲੱਦੂ ਮੇਰੇ 'ਤੇ ਉਹਨਾਂ ਨੂੰ ਕਹਿੰਦਾ ਵੀ ਚਲੋ ਹੁਣ ਮੇਰੇ ਘਰ ਤੁਹਾਡਾ ਸਵਾਗਤ ਹੈ ਉਹਨੇ ਭਾਈ ਪੰਜ ਚਾਰ ਗਧੇ ਇਕੱਠੇ ਕਰ ਲਏ ਪੰਜ ਚਾਰ ਗਧੀਆਂ ਇਕੱਠੀਆਂ ਕਰਨੀਆਂ ਲਾ ਲਈਆਂ ਮਗਰ ਵਪਾਰੀ ਨੇ ਆਖਿਆ ਵੀ ਇਹ ਤਾਂ ਗੁਣਾਕਾਰ ਚੀਜ਼ ਹੈ ਅੱਗੇ ਤਾਂ ਆਪਣੀ ਬੀਜੇ ਨਾਲ ਘੱਟ ਚੱਲਦੀ ਤੀ ਇਕੱਲੇ ਗਧੇ 'ਤੇ ਹੁਣ ਤਾਂ ਕਈ ਲਿਆ ਇਹ ਉਹ ਕਹਿੰਦਾ ਵੀ ਵਪਾਰੀ ਕੋਲ ਲਿਆ ਕੇ ਖੜਾਤੀਆਂ ਕਹਿੰਦਾ ਵੀ ਇਹਨਾਂ ਦਾ ਖਾਣਾ ਦਾਣਾ ਤੇਰੇ ਕਿੰਨੀ ਹੈ ਕਹਿੰਦਾ ਵੀ ਖਾਣੇ ਦਾਣੇ ਦੀ ਕਿੱਡੀ ਗੱਲ ਹੈ ਹੁਣ ਵਪਾਰੀ ਨੂੰ ਤਾਂ ਐਂ ਵੀ ਇਹ ਮੇਰਾ ਨੂਣ ਢੋਣ ਆਈਆਂ ਨੇ ਹੈਂ ਉਹ ਆਪਦੇ ਦਿਮਾਗ ਨਾਲ ਲੈ ਕੇ ਆਇਆ ਤੀ ਕਦੀਆਂ ਉਹ ਕਹਿੰਦਾ ਵੀ ਖਾਣਾ ਦਾਣੇ ਦੀ ਕੋਈ ਗੱਲ ਨਹੀਂ ਭਾਈ ਉਹਨੇ ਛੱਡਤਾ ਅੰਨ ਪਾਣੀ ਕਹਿੰਦਾ ਸਕੋ ਭਾਈ ਜਿਹੜਾ ਕੋਈ ਖਾਣਾ ਖਾਓ ਖਾਣ ਲੱਗ ਗਿਆ ਉਹਨਾਂ ਦੇ ਪਾ ਕੇ ਗੁਲਾਮ ਜਦੋਂ ਪਾਉਣ ਲੱਗਿਆ ਗੁਲਾਮ ਵੀ ਮੈਂ ਨੂਣ ਲੱਦੂ ਉਹ ਕਦੀ ਕਹਿੰਦੀ ਇਹ ਕੀ ਕਰਦਾ ਕਹਿੰਦਾ ਮੈਂ ਤਾਂ ਨੂਣ ਲੱਦਣਾ ਮੈਂ ਤਾਂ ਵਪਾਰੀ ਬੰਦਾ ਮੈਂ ਤਾਂ ਇਹਨੂੰ ਉਸਨੂੰ ਲੈਣ ਤੋਰਿਆ ਤੀ ਸਮਾਂ ਦੀ ਇਹ ਉਹ ਬੋਲਦਾ ਕਹਿੰਦਾ ਕਹਿੰਦਾ ਵਾਹ ਮਾਂ ਦਾ ਪੁੱਤ ਸਾਬਾਸੇ ਸਾਬਾਸੇ ਕਹਿੰਦਾ ਹਾਂ ਕਹਿੰਦਾ ਤੂੰ ਵੀ ਕਮਾਲ ਦਾ ਬੰਦਾ ਕਹਿੰਦਾ ਕਿਉਂ ਕਹਿੰਦਾ ਮੇਰਿਆ ਤਾਂ ਤੈਨੂੰ ਗੁਣ ਤਾਂ ਹੈ ਹੀ ਨਹੀਂ ਵੀ ਮੈਂ ਕੀ ਗੁਣ ਕੱਟਿਆ ਕਹਿੰਦਾ ਤੈਂ ਕੀ ਗੁਣ ਕੱਟਿਆ ਤੂੰ ਤਾਂ ਚਰਨ ਤੋਰਿਆ ਤੀ ਕਹਿੰਦਾ ਮੈਂ ਚਰਦਾ ਚਰਦਾ ਮੈਂ ਦੋ ਵਿਆਹ ਕਰਾਏ ਨੇ ਕਹਿੰਦਾ ਕਿਉਂ ਕਹਿੰਦਾ ਇੱਕ ਤਾਂ ਰਾਤ ਨੂੰ ਹੋਇਆ ਇੱਕ ਦਿਨੇ ਹੋਇਆ ਕਹਿੰਦਾ ਉਹ ਕਿਵੇਂ ਕਹਿੰਦਾ ਤੈਨੂੰ ਮੈਂ ਦੱਸੂ ਕੋਈ ਗੱਲ ਨਹੀਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੋਈ ਨੂਣ ਨਹੀਂ ਲੱਦਣਾ ਮੈਂ ਨੂਣ ਲਾ ਕੇ ਆ ਗਿਆ ਤੁਸੀਂ ਇੱਥੇ ਰਹੋ ਤਬੇਲੇ 'ਚ ਕਹਿੰਦੇ ਵਾਲੇ ਤਬੇਲੇ 'ਚ ਵੜਦੇ ਹੋ ਅਤੇ ਵਪਾਰੀ ਨਾਲ ਗੱਲਾਂ ਕਰਨ ਲੱਗ ਗਿਆ ਉਹ ਜਾਂਦਾ ਕਹਿੰਦਾ ਵੀ ਗੱਲ ਸੁਣ ਮੇਰੀ ਮੈਂ ਹਜੇ ਤੱਕ ਕੁਮਾਰਾ ਬੈਠੇ ਤੇਰੇ ਵੀ ਕਹਿੰਦਾ ਕਿੰਨੇ ਬਾਲ ਬੱਚੇ ਹੋ ਗਏ ਕਿੱਥੋਂ ਲੈ ਕੇ ਮੈਂ ਤੇਰੇ ਨੂੰ ਢਾਉਂਦਾ ਆਇਆ ਤੂੰ ਇੱਕ ਮੇਰੀ ਸ਼ਰਤ ਪਗਾ ਕਹਿੰਦਾ ਵੀ ਦੱਸ ਕਹਿੰਦਾ ਜਿਹੜਾ ਸਭ ਤੋਂ ਵੱਡੀ ਗਧੀ ਉਹਦੇ ਨਾਲ ਵਿਆਹ ਕਰਾ ਮੇਰਾ ਕਹਿੰਦਾ ਕਰਾ ਦੂੰ ਗਧਾ ਕਹਿੰਦਾ ਉਹ ਵਪਾਰੀ ਗਧੀ ਨੂੰ ਕਹਿੰਦਾ ਵੀ ਐਂ ਕਰੋ ਮੈਂ ਤੁਹਾਨੂੰ ਸਾਰਿਆਂ ਨੂੰ ਯਾਦ ਕਰ ਦੂੰ ਜਿਹੜੀ ਤੁਹਾਡੇ ਤੋਂ ਸਭ ਤੋਂ ਵੱਡੀ ਗਧੀ ਆ ਉਹ ਇਹ ਗਧੇ ਨਾਲ ਸ਼ਾਦੀ ਕਰਾ ਲਓ ਕਹਿੰਦਾ ਵੀ ਕਰਵਾ ਲਾਂਗੇ ਉਹ ਕਹਿੰਦੀ ਚੰਗਾ ਕਰਾ ਲਾਂਗੇ ਹੁਣ ਗਧਾ ਬੋਲਦਾ ਉਹਨੂੰ ਵਪਾਰੀ ਨੂੰ ਜਦੋਂ ਸ਼ਾਦੀ ਸੁਦੀ ਹੋ ਗਈ ਸਾਰਾ ਕੁਛ ਹੋ ਗਿਆ ਵਪਾਰੀ ਨੂਣ ਲੱਦਣ ਲੱਗਿਆ ਕਹਿੰਦਾ ਮਿੱਤਰਾ ਗੱਲ ਸੁਣ ਲੈ ਮੇਰੀ ਕਹਿੰਦਾ ਹਾਂ ਕਹਿੰਦਾ ਸ਼ਾਦੀ ਦੇ ਦਿਨਾਂ ਦੇ ਵਿੱਚ ਹਰੇਕ ਬੰਦੇ ਦੇ ਕੋਈ ਵੀ ਚੀਜ਼ ਹੈ ਸੱਟ ਪਿੱਟ ਖਾ ਲੈਂਦੀ ਹੈ ਹੁਣ ਨੂਣ ਲੱਦਣ ਵਾਲਾ ਹੋਰ ਭਾਲ ਕੋਈ ਕਹਿੰਦਾ ਕਿਉਂ ਕਹਿੰਦਾ ਇੱਥੇ ਤੱਕ ਹੀ ਮਤਲਬ ਤੀ ਮੈਨੂੰ ਤੇਰਾ ਤੇਰਾ ਨੂਣ ਮੈਂ ਸਾਰੀ ਉਮਰ ਤਾਂਹੀਓ ਢੋਇਆ ਕਹਿੰਦਾ ਨੇ ਮੈਨੂੰ ਐਂ ਤੀ ਵੀ ਕੁਮਾਰਾ ਨਾ ਮਰ ਜਾ ਕਹਿੰਦਾ ਅੱਜ ਮੈਂ ਸ਼ਾਦੀ ਸੁਦਾ ਹੋ ਗਿਆ ਹੁਣ ਮੈਂ ਵੀ ਆਪਦਾ ਬਾਲ ਬੱਚਾ ਦੇਖਣਾ ਤੂੰ ਆਪਦਾ ਕਹਿੰਦਾ ਆਪ ਵਾਲ ਬਈ ਉਹਨੇ ਫਿਰ ਉੱਥੇ ਸਿਆਣ ਉਹਨੇ ਖਾਣਾ ਪਾਇਆ ਵਪਾਰੀ ਨੇ ਕਹਿੰਦਾ ਵਾਪ ਗਧਿਆ ਕਹਿੰਦਾ ਸਾਬਾਸੀ ਕਹਿੰਦਾ ਆਪਾਂ ਗੁਣ ਖੱਟਿਆ ਅਤੇ ਪਾਸਾ ਵੱਟਿਆ ਉਹਨੇ ਕਹੀ ਤੀ ਗੱਲ ਕਹਿੰਦਾ ਗੁਣ ਖੱਟਿਆ ਅਤੇ ਪਾਸਾ ਵੱਟਿਆ ਕਹਿੰਦਾ ਤਾਂ ਆਪਦਾ ਵਿਆਹ ਕਰਵਾ ਕੇ ਤੂੰ ਹੋਗਾ ਦੂਰ ਕਹਿੰਦਾ ਨੂਣ ਮੇਰਾ ਕੌਣ ਚੁੱਕੂ ਕਹਿੰਦਾ ਹੁਣ ਤੱਕ ਢੋਇਆ ਤੀ ਮਤਲਬ ਤੇਰੇ ਨਾਲ ਕਰਿਆ ਤੀ ਢੋਤਾ ਮੇਰੀ ਵੀ ਕਹਿੰਦਾ ਮਨ ਦੀ ਅੰਸਾ ਤੀ ਵੀ ਮੈਂ ਵਿਆਹ ਕਰਾ ਕੇ ਮਰਨਾ ਕਹਿੰਦਾ ਹੁਣ ਮੇਰਾ ਵਿਆਹ ਹੋ ਗਿਆ ਹੁਣ ਮੈਂ ਤੈਨੂੰ ਕਿਤੇ ਬੋਲਿਆ ਵੱਟਦੇ